पुंछ दे अतवादी हमले च शहीद होया बठिंडा दा जवान। दो भैणा दा इकलौता भरा सी जवान सेवक सिंह। 2018 च होया सी फौज च भर्ती। वीरवार नूं जम्मू कश्मीर दे पुंछ सैक्टर दे विच अतवादी हमले तो बाद पंजाब दे चार जवान शहीद हो चुके ने। दस्या जांदा है कि शहीद होया एक जवान सेवक सिंह बठिंडा दे तलवंडी साबो हलके दे पिंड बागा दा रहण वाला दस्या जांदा है। ए वी जानकारी मिली है कि सेवक सिंह 2018 विच ही फौज दे विच भर्ती होया सी अते 20 दिन पहला ही छुट्टी कट के वापस ड्यूटी ते गया सी। अजिहे दे विच उस दी मौत दी खबर सुन के परिवार दे विच बेहद सोग दा माहौल वेखण नूं मिल रिहा है। ए वी कहा जांदा है कि इस मौके दुख की घड़ी दे विच परिवार दे नाल शामिल होने लई पूरा पिंड पहुंचा होया है। दूजे पासे रोंदी कुरलौंदी मां दे समेत पिंड वासियां ते रिश्तेदारां ने मंदभागी घटना बारे की कहा है, आओ सुनदे आं। मतलब गलबात हुई कल कोई लास्ट में आए गल अज वेले होई जी उहनां दी तड़के की गल हुई की गलबात हुई ਕਹਿੰਦਾ ਸੀ ਕਿ ਅਸੀਂ ਮੰਮੀ ਖਾਣਾ ਲੈ ਕੇ ਆਉਂਦੇ ਹਾਂ ਥੱਲੇ ਜਾਂਦੇ ਹਾਂ ਵੀ ਕੱਟ ਕੇ ਗਿਆ ਤੁਹਾਡੇ ਕੋਲੇ ਕੀ ਕਹਿੰਦਾ ਜੀ ਮਾਤਾ ਫਿਰ ਉਦੋਂ ਗੱਲਬਾਤ ਤੁਹਾਡੇ ਕੋਲ ਰਹਿੰਦਾ ਸੀ ਇੱਥੇ ਆ ਕੇ ਰਿਹਾ ਤੁਹਾਡੇ ਕੋਲ ਛੁੱਟੀਆਂ ਕੱਟੀ ਗਿਆ ਵਧੀਆ ਗੱਲਾਂ ਬਾਤ ਕਰਦਾ ਸੀਗਾ ਹੁਣ ਕਦੋਂ ਆਉਣਾ ਸੀ ਦੁਬਾਰੇ ਉਹਨੇ ਕਿਹਾ ਕੋਈ ਦੁਬਾਰੇ ਮੈਂ ਆਉਣਾ ਹੁਣ ਗਿਆ ਅਸੀਂ ਪਿੰਡ ਬਾਗਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਤੋਂ ਕੱਲ੍ਹ ਜੋ ਇੱਕ ਆਤੰਕੀ ਹਮਲਾ ਹੋਇਆ ਹੈ ਕਸ਼ਮੀਰ ਦੇ ਵਿੱਚ ਉਹ ਸਾਡੇ ਪਿੰਡ ਵਾਗੇ ਤੋਂ ਗੁਰਸੇਵਕ ਸਿੰਘ ਸਾਨਫ ਗੁਰਚਰਨ ਸਿੰਘ ਜੋ ਸ਼ਹੀਦ ਹੋ ਗਏ ਸੀ। ਅਸੀਂ ਪਿੰਡ ਵਾਗਾ ਕਨੀਓ ਸਾਰੇ ਨਗਰ ਕਨੀਓ ਬਹੁਤ ਸਾਡੇ ਨਗਰ ਦੇ ਵਿੱਚ ਸੋਗ ਦੀ ਲਹਿਰ ਹੈ ਅਤੇ ਬੱਚਾ ਜਿਹੜਾ ਸੇਵਕ ਸਿੰਘ ਸੀ ਫੌਜੀ ਇਹ ਇਕੱਲਾ ਹੀ ਦੋ ਭੈਣਾਂ ਦਾ ਭਾਈ ਸੀ। ਮਾਂ ਬਾਪ ਜੋ ਦਿਹਾੜੀਦਾਰ ਸਨ ਬੇਰੁਜ਼ਗਾਰ ਕੋਈ ਰੁਜ਼ਗਾਰ ਨਹੀਂ ਸੀ ਇਕੱਲਾ ਗੁਰਸੇਵਕ ਦੇ ਨਾਲ ਹੀ ਇਹ ਕੰਮ ਚੱਲਦਾ ਸੀ ਘਰ ਦਾ। ਪੰਜਾਬ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਪਰਿਵਾਰ ਦੀ ਬਾਂਹ ਫੜੀ ਜਾਵੇ। ਜੋ ਮਾਲੀ ਸਹਾਇਤਾ ਪੰਜਾਬ ਸਰਕਾਰ ਕਰਨਾ ਚਾਹੁੰਦੀ ਹੈ ਕੋਈ ਬੱਚਿਆਂ ਨੂੰ ਕੋਈ ਮਾਂ ਪਿਓ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜੋ ਸਰਕਾਰੀ ਨੌਕਰੀ ਬਾਰੇ ਅਸੀਂ ਸਾਰਾ ਨਗਰ ਹੱਥ ਬੰਨ ਕੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੀ ਬਾਂਹ ਫੜੀ ਜਾਵੇ ਇਹਨਾਂ 'ਤੇ ਸਿਰ 'ਤੇ ਹੱਥ ਰੱਖਿਆ ਜਾਵੇ। ਪੰਜਾਬ ਸਰਕਾਰ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਆ ਕੇ ਪਿੰਡ ਬਾਗਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਵਿੱਚ ਆਪਦੇ ਕੋਈ ਮੁਲਾਜ਼ਮ ਹੈ ਜੋ ਤੁਹਾਡੀ ਸਰਕਾਰੀ ਸਿਸਟਮ ਦੇ ਉਹਨਾਂ ਨੂੰ ਗੁਰਚਰਨ ਸਿੰਘ ਦੇ ਘਰ ਭੇਜਣ ਦੀ ਖੇਚਲਾ ਕਰੋ ਅਤੇ ਇਹਨਾਂ ਦੀ ਸੁਣਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸ਼ਹੀਦ ਸੇਵਕ ਸਿੰਘ ਪਹਿਲਾਂ ਆਪਣੀ ਭੈਣ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ ਤੇ ਉਸ ਤੋਂ ਬਾਅਦ ਆਪਣਾ, ਪਰ ਅਜਿਹੇ ਦੇ ਵਿੱਚ ਉਸ ਦੀ ਇਹ ਇੱਛਾ ਦਿਲ ਦੇ ਵਿੱਚ ਹੀ ਰਹਿ ਗਈ। ਦੱਸਿਆ ਜਾਂਦਾ ਹੈ ਕਿ ਪਰਿਵਾਰ ਦਾ ਗੁਜ਼ਾਰਾ ਕੇਵਲ ਅਤੇ ਕੇਵਲ ਸ਼ਹੀਦ ਸੇਵਕ ਸਿੰਘ ਦੀ ਤਨਖਾਹ ਤੇ ਹੀ ਚੱਲਦਾ ਸੀ। ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਦੇ ਵਿੱਚ, ਦੱਸਿਆ ਜਾਂਦਾ ਹੈ। ਬਠਿੰਡਾ ਤੋਂ ਹਰਮਿੰਦਰ ਸਿੰਘ, ਅਵਿਨਾਸ਼ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ।